Assalamualaikum ji, main thoda apna host Baba ji. Save historical places of Pakistan, secret footsteps in Pakistan, Punjab page. Ye hai mera Pakistan and khore sach santali de. Tamam pages de naal main thoda apna host ha Baba ji. Aaj main tuhanu ek aisi jagah te leke aaya ha ke jehdi ke sikh itihas naal badi gehri tarike naal judi hoyi cheez hai. ਜਿਹਦਾ ਜਿਸ ਸ਼ਹਿਰ ਦਾ ਨਾਮ ਹੀ ਸਿੱਖਾਂ ਦੇ ਨਾਮ 'ਤੇ ਸੀ, ਜਿਹਨੂੰ ਕਿ ਬੇਸਿਕਲੀ ਸਟਾਰਟਅਪ 'ਤੇ ਤਾਂ ਸਿੱਖੋ ਕਿਹਾ ਜਾਂਦਾ ਸੀ, ਲੇਕਿਨ ਫਿਰ ਅਲ ਵਿਗੜਦੇ ਵਿਗੜਦਿਆਂ ਸਿੱਖੋ ਤੋਂ ਸੁੱਖੋ ਹੋ ਗਿਆ, ਕਿਉਂਕਿ ਜਦੋਂ ਉਹ ਸਮੇਂ ਬੀਤਦਾ ਵਕਤ ਗੁਜ਼ਰਦਾ ਤਾਂ ਉਹਦੇ ਨਾਲ ਨਾਲ ਚੀਜ਼ਾਂ ਦੇ ਨਾਮ ਵੀ ਬਦਲ ਜਾਂਦੇ ਨੇ ਔਰ ਚੀਜ਼ਾਂ ਵੀ ਬਦਲ ਜਾਂਦੀਆਂ ਨੇ. ਔਰ ਜੋ ਲੋਕ ਖਿੱਤਾ ਪਠਵਾਰ 'ਚ ਰਹਿ ਕੇ ਗਏ ਨੇ ਜਾਂ ਇਸ ਰੀਜਨ ਦੇ ਅੰਦਰ ਰਹਿ ਕੇ ਗਏ ਨੇ ਨੌਰਥ ਵੈਸਟ ਪੰਜਾਬ ਦੇ ਅੰਦਰ, ਉਹ ਖਿੱਤਾ ਪਠਵਾਰ ਦੇ ਅੰਦਰ ਸੁੱਖੋ ਦੀ ਜਿਹੜੀ ਆਪਣੀ ਹੀ ਵੈਲਿਊ ਸੀ, ਅਹਿਮੀਅਤ ਸੀ, ਉਹ ਉਹਨਾਂ ਨੂੰ ਪਤਾ ਹੈ ਕਿ ਵੀ ਸੁੱਖੋ ਕੀ ਚੀਜ਼ ਸੀ. ਨਾ ਤਾਂ ਗੁਜਰ ਖਾਨ ਦੀ ਉਨੀ ਵੈਲਿਊ ਸੀ, ਨਾ ਹੀ ਦੁਲਤਾਲੇ ਦੀ ਉਨੀ ਵੈਲਿਊ ਸੀ, ਅਤੇ ਨਾ ਹੀ ਸਰਾਊਂਡਿੰਗ ਦੇ ਵਿੱਚ ਜਿਹੜੇ ਕੋਈ ਏਰੀਏ ਨੇ ਉਹਨਾਂ ਦੀ ਇੰਨੀ ਵੈਲਿਊ ਸੀ ਜਿੰਨੀ ਕਿ ਸਿੱਖੋ ਦੀ ਵੈਲਿਊ ਸੀ. ਔਰ ਸਿੱਖੋ ਦੇ ਅੰਦਰ ਆਲਮੋਸਟ ਦੱਸਿਆ ਜਾਂਦਾ ਕਿ ਤਕਰੀਬਨ 70% ਜਿਹੜੀ ਪਾਪੂਲੇਸ਼ਨ ਸੀ ਸਿੱਖ ਸੀ, ਔਰ 20% ਜਿਹੜੀ ਸੀ ਉਹ ਹਿੰਦੂ ਸੀ, ਔਰ 10% ਜਿਹੜੀ ਸੀ ਉਹ ਮੁਸਲਿਮਸ ਦੀ ਸੀ. ਮੈਂ ਅੱਜ ਰਿਸਰਚ ਦੇ ਸਿਲਸਿਲੇ ਦੇ ਵਿੱਚ ਆਇਆ ਵਾਂ. ਇੱਕ ਮੇਰੇ ਦੋਸਤ ਨੇ ਇੱਥੇ ਹਾਲ ਮੁਕਾਮ 'ਤੇ, ਇਸ ਵੇਲੇ ਉਹ ਦਿੱਲੀ ਦੇ ਵਿੱਚ ਨੇ. ਉਹਨਾਂ ਨੇ ਆਪਣੇ ਗ੍ਰੈਂਡ ਪੇਰੈਂਟਸ ਦੀ ਹਿਸਟਰੀ ਮੈਨੂੰ ਲੱਭਣ ਵਾਸਤੇ ਕਿਹਾ ਸੀ ਕਿ ਬਾਬਾ ਜੀ ਤੁਸੀਂ ਮੇਰੇ ਗ੍ਰੈਂਡ ਪੇਰੈਂਟਸ ਦੀ ਜਿਹੜੀ ਹੈ ਹਿਸਟਰੀ ਉਹ ਲੱਭ ਕੇ ਦਿਓ. ਅਤੇ ਮੈਨੂੰ ਕੁਛ ਸੋਰਸਿਸ ਮਿਲੇ ਨੇ ਔਰ ਕੁਛ ਜਿਹੜੇ ਨੇ ਉਹ ਮੈਂ ਕੋਸ਼ਿਸ਼ ਕਰ ਰਿਹਾ ਵਾਂ ਥਰੂ ਆਊਟ. ਮੈਂ ਆਪਣੀ ਜਿਹੜੀ ਹੈ ਮੇਰੀ ਰਿਸਰਚ ਹੈ ਉਹਦੇ ਤਹਿਤ ਜਿਹੜਾ ਮੈਂ ਕੋਸ਼ਿਸ਼ ਕਰ ਰਿਹਾ ਵਾਂ ਕਿ ਉਹਨਾਂ ਚੀਜ਼ਾਂ ਨੂੰ ਮੈਂ ਸਾਹਮਣੇ ਲੈ ਕੇ ਆਵਾਂ. ਮੈਂ ਇਸ ਵਕਤ ਜਿਹੜੇ ਗ੍ਰੈਂਡ ਫਾਦਰ ਸਨ ਸਰਦਾਰ ਗੁਰਜੀਤ ਸਿੰਘ ਬਿੰਡਰਾ ਵਾਲਿਆਂ ਦਾ ਜੀ, ਬਿੰਡਰਾ ਦਾ ਸੋਰੀ, ਉਹਨਾਂ ਦਾ ਨਾਮ ਸੀ ਚੌਧਰੀ ਹਜ਼ਾਰਾ ਸਿੰਘ ਬਿੰਡਰਾ. ਔਰ ਉਹਨਾਂ ਦੇ ਅੱਗੋਂ ਦੋ ਬੇਟੇ ਸਨ, ਚੌਧਰੀ ਸ਼ਿਵ ਰਾਮ ਸਿੰਘ ਬਿੰਡਰਾ ਔਰ ਚੌਧਰੀ ਗੁਰਬਖਸ਼ ਸਿੰਘ ਬਿੰਡਰਾ. ਦੋ ਭਾਈ ਸਨ ਔਰ ਇਹਨਾਂ 'ਚੋਂ ਜਿਹੜੇ ਵੈੱਲ ਐਜੂਕੇਟਿਡ ਔਰ ਜ਼ਿਆਦਾ ਸਟੇਬਲ ਸਨ ਉਹਨਾਂ ਦਾ ਨਾਮ ਸੀ ਸਰਦਾਰ ਚੌਧਰੀ ਸ਼ਿਵ ਰਾਮ ਸਿੰਘ ਬਿੰਡਰਾ, ਜਿਹੜੇ ਕਿ ਓਨਰਲੀ ਮੈਜਿਸਟਰੇਟ ਵੀ ਰਹੇ ਨੇ. ਔਰ ਬੜੀ ਗੱਲ ਹੈ ਕਿ ਉਸ ਦੌਰ ਦੇ ਵਿੱਚ ਓਨਰਲੀ ਮੈਜਿਸਟਰੇਟ ਹੋਣਾ 47 ਤੋਂ ਪਹਿਲੇ ਇੱਕ ਬੜੀ, ਅੱਜ ਵੀ ਮੈਜਿਸਟਰੇਟ ਅਤੇ ਦਰਜਾਵਰ ਦੇ ਤੁਹਾਨੂੰ ਪਤਾ ਕਿ ਬਹੁਤ ਵੈਲਿਊਏਬਲ ਹੁੰਦੇ ਨੇ, ਲੇਕਿਨ ਅੱਜ ਤੁਸੀਂ ਦੇਖੋ ਕਿ 47 ਤੋਂ ਪਹਿਲੇ ਜਿਹੜੇ ਲੋਕ ਇਸ ਵੈਲਿਊ ਜਿਨ੍ਹਾਂ ਦੀ ਹੋਏਗੀ ਤਾਂ ਉਹਨਾਂ ਦੀ ਕਿੰਨੀ ਅਹਿਮੀਅਤ ਹੋਏਗੀ. ਪ੍ਰਾਇਮਰੀ ਸੋਰਸਿਸ ਦੇ ਮੁਤਾਬਿਕ ਇਹਨਾਂ ਦੀ ਲੈਂਡ ਜਿਹੜੀ ਸੀ ਤਕਰੀਬਨ 500 ਏਕੜ ਤੋਂ ਜ਼ਿਆਦਾ ਸੀ. ਔਰ ਇੱਥੇ ਟੋਟਲ ਦੋ ਹਵੇਲੀਆਂ ਸਨ ਔਰ ਕੁਛ ਜਿਹੜੇ ਇਹਨਾਂ ਦੇ ਪਰਸਨਲ ਜ਼ਾਤੀ ਘਰ ਦੇ ਮੁਲਾਜ਼ਮ ਸਨ ਉਹਨਾਂ ਦੀ ਜਗ੍ਹਾ ਸੀ. ਮੈਂ ਉਹਨਾਂ ਦੀ ਖੋਜ ਲਾ ਕੇ ਅਤੇ ਇੱਥੇ ਤੱਕ ਪਹੁੰਚਿਆ ਵਾਂ. ਆਓ ਜ਼ਰਾ ਮਿਰਜ਼ਾ ਸਾਹਿਬ ਦਿਖਾਈਏ. ਇਹ ਬਿਲਡਿੰਗ ਜਿਹੜੀ ਹੈ, ਇਹ ਨਜ਼ਰ ਜਿਹੜੀ ਆ ਰਹੀ ਹੈ, ਇਹ ਮੇਨ ਬਿਲਡਿੰਗ ਜਿਹੜੀ ਹੈ, ਇਹ ਸਰਦਾਰ ਇਹ ਬਿਲਡਿੰਗ ਜਿਹੜੀ ਨਜ਼ਰ ਆ ਰਹੀ ਹੈ ਤੁਹਾਨੂੰ, ਇਹਦੇ ਟੋਟਲ 9 ਕਮਰੇ ਸਨ, ਜਿਨ੍ਹਾਂ ਦੇ ਵਿੱਚੋਂ ਇਸ ਵੇਲੇ ਤਾਂ ਤਕਰੀਬਨ ਮੇਰੇ ਖਿਆਲ 4 ਹੀ ਬਚੇ ਨੇ. ਔਰ ਚੌਧਰੀ ਸ਼ਿਵ ਰਾਮ ਸਿੰਘ ਬਿੰਡਰਾ ਦੀ ਇਹ ਹਵੇਲੀ ਹੈ. ਕਦੀ ਹੈ ਉੱਤੇ ਤੱਕ ਸੀ. ਇਹ ਦੇਖੋ ਡਰੇਨੇਜ ਦਾ ਪਾਈਪ ਜਿਹੜਾ ਹੈ ਉਹ ਦੱਸ ਰਿਹਾ ਹੈ ਕਿ ਇਹਦਾ ਇੱਕ ਫਲੋਰ ਜਿਹੜਾ ਸੀ ਉੱਤੇ, ਕਹਿੰਦੇ ਨੇ 2005 ਦੇ ਵਿੱਚ ਜਿਹੜਾ ਉਹ ਖਤਮ ਹੋ ਗਿਆ. ਇਹ 2005 ਦੇ ਵਿੱਚ ਖਤਮ ਹੋ ਗਿਆ. ਔਰ ਇਹ ਮੇਨ ਐਂਟਰੈਂਸ ਹੈ. ਇਸ ਤੋਂ ਅੱਗੇ ਜਿਹੜਾ ਗੁਰਬਖਸ਼ ਸਿੰਘ ਦੀ ਵੀ ਹਵੇਲੀ ਹੈ ਜੀ, ਔਰ ਸਰਦਾਰ ਸ਼ਿਵ ਰਾਮ ਦਾ ਤਾਂ ਮੈਂ ਤੁਹਾਨੂੰ ਦਿਖਾ ਹੀ ਰਿਹਾ ਵਾਂ ਕਿ ਹਵੇਲੀ ਹੈ. ਇੱਥੇ ਪੂਰਾ ਸੀ ਇਹ ਜਗ੍ਹਾ ਜਿਹੜੀ ਹੈ, ਇਹ ਪੂਰੀ ਗਲੀ ਉਹਨਾਂ ਦੀ ਸੀ. ਇਹ ਦੇਖੋ ਤੁਸੀਂ ਇਹ ਜਗ੍ਹਾ ਜਿਹੜੀ ਹੈ, ਇਸ ਵੇਲੇ ਯੂਨੀਅਨ ਕੌਂਸਲ ਜਿਹੜੀ ਹੈ ਉਹ ਸਿੱਖੋ ਹੈ, ਯਾਨੀ ਕਿ ਗੌਰਮੈਂਟ ਦਾ ਆਫਿਸ ਹੈ ਯੂਨੀਅਨ ਕੌਂਸਲ ਦਾ. ਔਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਰਾਜਾ ਸਾਕਿਬ ਕਿਆਨੀ ਸਾਹਿਬ ਜਿਹੜੇ ਨੇ
ਉਹ ਇੱਥੇ ਦੇ ਸੈਕਟਰੀ ਨੇ ਔਰ ਇਹਨਾਂ ਨੇ ਮੈਨੂੰ ਪਰਮਿਸ਼ਨ ਦਿੱਤੀ ਔਰ ਮੈਨੂੰ ਗਾਈਡ ਵੀ ਕੀਤਾ ਸਰ। ਅਸਲਾਮ ਵਾਲੇਕੁਮ ਜੀ ਰਾਏ ਸਰ। ਰਾਏ ਸਾਹਿਬ, ਤੁਸੀਂ ਕੋਈ ਥੋੜ੍ਹਾ ਜਿਹਾ ਦੱਸੋ ਕਿ ਵੀ ਕਦੋਂ ਇਹ ਜਿਹੜੀ ਇਹ ਜਗ੍ਹਾ ਜਿਹੜੀ ਸੀ ਤਹਿਸੀਲ ਕੌਂਸਲ ਲਈ ਜ਼ੁਮਰੇ ਦੇ ਵਿੱਚ ਆਈ? ਅੱਛਾ, 61 ਪਹਿਲਾਂ ਜੀ। 1961 ਤੋਂ ਜਿਹੜਾ ਸੀ, 1961 ਤੋਂ ਇਹ ਤਹਿਸੀਲ ਕੌਂਸਲ ਦਾ ਆਫਿਸ ਹੈ ਔਰ ਇੱਥੇ ਦੇਖੋ ਉਸ ਵੇਲੇ ਓਨਰਲੀ ਮੈਜਿਸਟਰੇਟ ਰਹਿੰਦੇ ਸਨ ਔਰ ਉਹ ਇੰਤਜ਼ਾਮ ਚਲਾਉਂਦੇ ਸਨ। ਅੱਜ ਵੀ ਉਹਨਾਂ ਦੇ ਘਰ ਦੇ ਵਿੱਚ ਸੁੱਖੋ ਨੂੰ ਇੰਤਜ਼ਾਮ ਨੂੰ ਚਲਾਉਣ ਵਾਸਤੇ ਜਿਹੜਾ ਉਹ ਕੰਮ ਕੀਤਾ ਜਾ ਰਿਹਾ। ਬਹੁਤ ਸ਼ੁਕਰੀਆ ਜੀ ਰਹਿ ਸਰ। ਗੁਰਜੀਤ ਜੀ, ਇਹ ਦੇਖੋ ਤੁਸੀਂ ਵੀ ਇਹ ਲੱਕੜੀ ਦੇ ਬਣੇ ਹੋਏ ਕਬਰਡਸ ਨੇ ਔਰ ਫਾਇਰ ਪਲੇਸ ਹੈ ਘਰ ਦਾ, ਬੜੀਆਂ ਰੀਝਾਂ ਨਾਲ ਬਣਾਇਆ ਹੋਇਆ ਘਰ ਹੈ। ਪ੍ਰੋਪਰ ਜਿਹੜੇ ਮੇਨਟੇਨ ਨੇ ਇਸ ਵੇਲੇ ਦੋ ਕਮਰੇ ਨੇ। ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਮੈਂ ਤੁਹਾਨੂੰ ਦਿਖਾ ਰਿਹਾ ਵਾਂ ਚੌਧਰੀ ਸ਼ਿਵਰਾਮ ਸਿੰਘ, ਓਨਰਲੀ ਮੈਜਿਸਟਰੇਟ ਆਫ ਸਿੱਖੋ ਦਾ ਹਵੇਲੀ ਦਿਖਾ ਰਿਹਾ ਵਾਂ ਉਹਨਾਂ ਦੀ, ਜਿਹਦੇ ਕਦੀ ਨੌ ਰੂਮਸ ਹੁੰਦੇ ਸਨ ਲੇਕਿਨ ਹੁਣ ਇਹਦੇ ਵਿੱਚ ਦੋ ਤੋਂ ਤਿੰਨ ਓਪਰੇਸ਼ਨਲ ਨੇ ਰੂਮ, ਬਾਕੀ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ। ਔਰ ਇਹ ਦੇਖੋ ਸਾਰਾ ਉਹ ਮਟੀਰੀਅਲ ਜਿਹੜਾ ਉੱਪਰ ਵਾਲੇ ਜਿਹੜੇ ਫਲੋਰ ਨੇ ਖਤਮ ਹੋਏ ਨੇ, ਉਹਨਾਂ ਦਾ ਮਟੀਰੀਅਲ ਸਾਰਾ ਇੱਥੇ ਲਿਆ ਕੇ ਸੁੱਟਿਆ ਗਿਆ। ਇਹ ਸੀੜੀ ਜਾ ਰਹੀ ਹੈ ਲੱਕੜੀ ਦੀ ਉੱਤੇ ਛੱਤ ਵਾਸਤੇ ਔਰ ਅੱਗੇ ਉਹੀ ਪਿਆਰਾ ਇਹ ਛੱਤ ਜਿਹੜੀ ਹੈ ਵੁਡਨ। ਔਰ ਉਹੜੇ ਦੋ ਰੂਮਸ ਤੁਹਾਨੂੰ ਮੈਂ ਦਿਖਾਏ ਨੇ ਉਹਨਾਂ ਦੀ, ਇਹ ਦੇਖੋ ਇਹ ਦੋ ਦੇ ਦਰਵਾਜ਼ੇ ਜਿਹੜੇ ਖੁੱਲ੍ਹ ਰਹੇ ਨੇ, ਉਹ ਸੈਂਟਰ ਦੀ ਖਿੜਕੀ ਵੀ ਇੱਥੇ ਖੁੱਲ੍ਹਦੀ ਹੈ। ਲੱਕੜੀ ਦਾ ਬੜਾ ਖੂਬਸੂਰਤ ਕੰਮ ਕੀਤਾ ਗਿਆ ਸੀ ਲੇਕਿਨ ਵਕਤ ਦੇ ਨਾਲ ਨਾਲ ਜਿਹੜਾ ਉਹ ਸਭ ਖਤਮ ਹੋ ਗਿਆ। ਵੀਰ ਗੁਰਜੀਤ ਸਿੰਘ ਜੀ, ਇਹ ਤੁਹਾਡੇ ਪੁਰਖਾਂ ਦੀ ਹਵੇਲੀ ਹੈ, ਤੁਹਾਡੇ ਦਾਦਾ ਜੀ ਦੇ ਘਰ ਹੈ ਜਿਹੜਾ ਕਿ ਅੱਜ ਕੱਲ੍ਹ ਸਰਕਾਰੀ ਤਹਿਸੀਲ ਆਫਿਸ ਦੇ ਤੌਰ 'ਤੇ ਇਹਨੂੰ ਯੂਜ਼ ਕੀਤਾ ਜਾ ਰਿਹਾ। ਐਸੀ ਹਵੇਲੀ ਚੌਧਰੀ ਸ਼ਿਵਰਾਮ ਸਿੰਘ ਜੀ ਦੀ, ਓਨਰਲੀ ਮੈਜਿਸਟਰੇਟ ਆਫ ਸੁੱਖੋ। ਔਰ ਇਸ ਤੋਂ ਬਾਅਦ ਅੱਗੇ ਜਾ ਕੇ ਇਹਨਾਂ ਦੇ ਭਾਈ ਦਾ ਘਰ ਆਉਂਦਾ ਸੀ। ਅਸਲ ਵਿੱਚ ਘਰ ਦਾ ਮੇਨ ਗੇਟ ਇਹ ਨਹੀਂ ਸੀ, ਇਹ ਡਰਾਇੰਗ ਰੂਮ ਹੈ ਔਰ ਬੈਠਕ ਦੇ ਤੌਰ ਦੇ ਉੱਤੇ ਇਸਤੇਮਾਲ ਕੀਤਾ ਜਾਂਦਾ ਸੀ। ਇਹ ਸਾਈਡ ਰੂਮਸ ਨੇ ਘਰ ਦੇ ਅੰਦਰ ਵਾਲੇ। ਜੀ ਸਰ, ਇੱਕ ਮਿੰਟ, ਇਹ ਦੇਖੋ ਇਹ ਸਨ ਘਰ ਦੇ ਦਰਵਾਜ਼ੇ ਜਿਹੜੇ ਕਿ ਅਸਲ ਦਰਵਾਜ਼ੇ ਜਿਹੜੇ ਗਲੀ ਦੇ ਦਰਵਾਜ਼ੇ ਸਨ ਔਰ ਉਸ ਤੋਂ ਬਾਅਦ ਇਹ ਮੇਨ ਘਰ ਦਾ ਦਰਵਾਜ਼ਾ ਹੈ। ਇਹ ਮੇਨ ਦਰਵਾਜ਼ਾ ਗੁਰਜੀਤ ਜੀ ਤੁਹਾਡੇ ਦਾਦਾ ਜੀ ਦੇ ਘਰ ਦਾ, ਔਰ ਇਹ ਦੂਸਰਾ ਸੇਮ ਬਿਲਕੁਲ ਓਪੋਜ਼ਿਟ ਸਾਈਡ ਦੇ ਉੱਤੇ ਦਰਵਾਜ਼ਾ ਸੀ। ਇਹ ਦੇਖੋ ਇਹ ਦਰਵਾਜ਼ਾ ਸੀ, ਉਹ ਉੱਤੇ ਲੱਕੜੀ ਦਾ ਵਰਕ ਨਜ਼ਰ ਆ ਰਿਹਾ। ਮੈਂ ਘਰ ਦੇ ਓਨਰ ਕੋਲੋਂ ਇਜਾਜ਼ਤ ਲਈ ਹੈ, ਘਰ ਦੇ ਓਨਰ ਕੋਲੋਂ ਮੈਂ ਇਜਾਜ਼ਤ ਲੈ ਕੇ ਮੈਂ ਇਹ ਦੇਖੋ ਕਿੰਨੇ ਖੂਬਸੂਰਤ ਔਰ ਕਿੰਨੇ ਨਫੀਸ ਤਰੀਕੇ ਨਾਲ ਜਿਹੜਾ ਟੀਕ ਵੁੱਡ ਦਾ ਕੰਮ ਹੋਇਆ ਹੈ ਔਰ ਅੱਜ ਕੱਲ੍ਹ ਦਰਵਾਜ਼ੇ ਬੜੇ ਨਾਯਾਬ ਦਰਵਾਜ਼ੇ ਨੇ। ਜੀ
ਚੌਧਰੀ ਗੁਰਬਖਸ਼ ਸਿੰਘ ਦਾ ਜਿਹੜਾ ਘਰ ਸੀ ਉਹ ਐਵ ਹੈ, ਇਹ ਨਜ਼ਰ ਆ ਰਿਹਾ ਥੋੜ੍ਹਾ ਇਹਨਾਂ ਸੱਜਾ। ਮੈਂ ਕੋਸ਼ਿਸ਼ ਕਰਨਾ ਵਾਂ ਕਿ ਮੈਂ ਤਵੇਲੇ ਤੋਂ ਅੰਦਰਲੇ ਪਾਸੇ ਜਾ ਕੇ ਉਹ ਮੈਂ ਜਗ੍ਹਾ ਦਿਖਾ ਦੇਵਾਂ। ਹਾਂਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਇਹ ਪ੍ਰੋਪਰਟੀ ਵੀ ਜਿਹੜੀ ਸੀ ਸਰਦਾਰ ਸ਼ਿਵਰਾਮ ਸਿੰਘ ਜੀ ਦੀ ਹੈ, ਔਰ ਪਿੱਛੇ ਤੱਕ ਕਾਫੀ ਬੜੀ ਜਗ੍ਹਾ ਸੀ ਜੀ। ਹਾਂਜੀ, ਇਹ ਤਮਾਮ ਜਿਹੜੀ ਲੈਂਡ ਹੈ ਸਰਦਾਰ ਸ਼ਿਵਰਾਮ ਸਿੰਘ ਜੀ ਦੀ ਹੈ। ਹਾਂ, ਇਹ ਦੇਖੋ ਜੀ, ਇਹ ਦਰਵਾਜ਼ਾ ਇੰਟਾਇਰਲੀ ਟੋਟਲੀ ਡਿਫਰੈਂਟ ਆ ਖਿੱਤਾ ਪਠਵਾਰ ਦੇ ਵਿੱਚ। ਇਹ ਜਿਹੜੇ ਦਰਵਾਜ਼ੇ ਨੇ ਬਹੁਤ ਕੰਮ ਕਰਾਉਣ ਲੱਗੇ ਹੋਏ ਨੇ, ਹਲੇ ਸੋਹਣੀਆਂ ਫੁਲਕਾਰੀਆਂ ਹੋਈਆਂ ਨੇ। ਇਹ ਹਵੇਲੀ ਸਰਦਾਰ ਗੁਰਬਖਸ਼ ਸਿੰਘ ਸਾਹਿਬ ਦੀ ਜੀ, ਬਿੰਦਰਾ ਦੀ ਜੀ। ਹੈ ਤਾਂ ਮਾਡਰਨ ਆਰਕੀਟੈਕਚਰ ਦੇ ਥਰੂ ਹੈ, ਲੇਕਿਨ ਬਹੁਤ ਹੀ ਖੂਬਸੂਰਤ ਬਣੇ ਹੋਏ ਦਰਵਾਜ਼ੇ ਨੇ ਇਹਦੇ। ਇੱਕ ਇੱਕ ਫੀਚਰ ਟੋਟਲੀ ਡਿਫਰੈਂਟ ਹੈ। ਪਹਿਲੇ ਮੈਂ ਤੁਹਾਨੂੰ ਦਿਖਾਈ ਹੈ ਸਰਦਾਰ ਚੌਧਰੀ ਸ਼ਿਵਰਾਮ ਸਿੰਘ ਬਿੰਦਰਾ ਦਾ ਘਰ, ਹੁਣ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਸਰਦਾਰ ਚੌਧਰੀ ਗੁਰਬਖਸ਼ ਸਿੰਘ ਬਿੰਦਰਾ ਦਾ ਘਰ। ਇਹ ਦੋਵੇਂ ਪੁੱਤ ਸਨ ਸਰਦਾਰ ਚੌਧਰੀ ਹਜ਼ਾਰਾ ਸਿੰਘ। ਤੁਸੀਂ ਵੇਖ ਰਹੇ ਹੋ ਸੁੱਖੋ ਨੌਰਥ ਵੈਸਟ ਪੰਜਾਬ ਦਾ ਇੱਕ ਬੜੇ ਖੂਬਸੂਰਤ ਏਰੀਆ। ਮੈਂ ਜ਼ਰਾ ਛੱਤ ਤੋਂ ਜਾ ਕੇ ਥੋੜ੍ਹਾ ਜਿਹਾ ਤੁਹਾਨੂੰ ਕੁਝ ਦਿਖਾਉਣ ਦੀ ਕੋਸ਼ਿਸ਼ ਕਰਨਾ ਵਾਂ। ਹਾਂ ਸਰ, ਦੇਖ ਲਓ ਜ਼ਰਾ। ਕਿੱਥੇ? ਅੱਛਾ, ਇਹ ਜੀ ਫਸਟ ਫਲੋਰ ਹੈ ਸਰਦਾਰ ਗੁਰਬਖਸ਼ ਸਿੰਘ ਬਿੰਦਰਾ ਜੀ ਦਾ ਘਰ ਦਾ ਫਸਟ ਫਲੋਰ। ਇਹ ਬਿਲਕੁਲ ਅਸਲ ਹਾਲਤ ਵਿੱਚ ਹੈ। ਮੈਂ ਇਸ ਗੱਲ ਦੀ ਗੱਲ ਕਰ ਰਿਹਾ ਸੀ ਕਿ ਬਹੁਤ ਹੀ ਪਿਆਰਾ, ਮੈਨੂੰ ਬਹੁਤ ਪਸੰਦ ਹੈ ਗੁਰਜੀਤ ਜੀ। ਇਹ ਸਰਦਾਰ ਗੁਰਬਖਸ਼ ਸਿੰਘ ਪਿੰਡਰਾ ਦਾ ਘਰ ਹੈ, ਕਿਉਂਕਿ ਆਹਮਣੇ ਸਾਹਮਣੇ ਘਰ ਸੀ ਦੋਵੇਂ ਭਰਾਵਾਂ ਦੇ। ਅਸਰ ਸਟੇਜ ਜਾਂਦੀਆਂ ਨੇ ਥੱਲੇ? ਅੱਛਾ ਜੀ, ਗੁਰਜੀਤ ਜੀ ਇਹ ਦੇਖੋ, ਇਹ ਫਸਟ ਫਲੋਰ ਨਜ਼ਰ ਆ ਰਿਹਾ ਇੱਥੋਂ, ਔਰ ਇਹ ਫਸਟ ਫਲੋਰ ਦੀਆਂ ਕੁਛ ਨਾ ਕੁਛ ਹਿੱਸੇ ਵੀ ਨਜ਼ਰ ਆ ਰਹੇ ਨੇ, ਔਰ ਅੱਗੋਂ ਜਿਹੜਾ ਹਲੇ ਕਮਰੇ ਕੁਛ ਬਾਕੀ ਨੇ, ਕਿਉਂਕਿ 9 ਕਮਰੇ ਸਨ, ਦੱਸ ਰਹੇ ਨੇ ਕਿ 5 ਕਮਰੇ ਹਲੇ ਵੀ ਜਿਹੜੇ ਨੇ ਉਹ ਬਾਕੀ ਨੇ। ਮੂੰਗਫਲੀ ਦੀ ਕਾਸ਼ਤ ਇੱਥੇ ਬਹੁਤ ਜ਼ਿਆਦਾ ਹੁੰਦੀ ਹੈ,
ਹਾਂ ਇਹ ਮੂੰਗਫਲੀ ਪਈ ਹੈ ਔਰ ਪਿਓਰ ਪਠਵਾਰੀ ਛੱਜਾ ਪੁਰਾਣੇ ਘਰਾਂ ਦਾ ਮੈਂ ਕੋਸ਼ਿਸ਼ ਕਰਦਾ ਸਰਾਊਂਡਿੰਗ ਦਾ ਏਰੀਆ ਵੀ ਦਿਖਾਉਣ ਦੀ ਅੱਛਾ ਇਹ ਜਿਹੜਾ ਸਕੂਲ ਹੈ ਗੁਰਜੀਤ ਜੀ ਜਿਹੜੇ ਤੁਸੀਂ ਮੈਨੂੰ ਦੱਸਿਆ ਸੀ ਕਿ ਇਹ ਉਹਨਾਂ ਦੀ ਲੈਂਡ ਦੇ ਉੱਤੇ ਬਣਿਆ ਹੋਇਆ ਉਹ ਪੁਰਾਣੀ ਬਿਲਡਿੰਗ ਖਤਮ ਹੋ ਗਈ ਹੈ ਹੁਣ ਇਹ ਨਵੀਂ ਬਿਲਡਿੰਗ ਜਿਹੜੀ ਹੈ ਇਹ ਸਕੂਲ ਦੀ ਤਿਆਰ ਕੀਤੀ ਗਈ ਹੈ ਇਹ ਸਾਰਾ ਸਕੂਲ ਨਜ਼ਰ ਆ ਰਿਹਾ ਉਸ ਲੈਂਡ ਦੇ ਉੱਤੇ ਉਹ ਜਿਹੜੇ ਨਵੇਂ ਘਰ ਨੇ ਉੱਥੇ ਤੱਕ ਇਹ ਘਰ ਦੀ ਹਦੂਦ ਸੀ ਹਾਂਜੀ ਇਹ ਕੁਛ ਹਿੱਸਾ ਗਿਰਾ ਕੇ ਅਤੇ ਨਵਾਂ ਬਣਾ ਲਿੱਤਾ ਗਿਆ ਸਰ ਜੀ ਤੰਬੂੜੀਆਂ ਬਹੁਤ ਜ਼ਿਆਦਾ ਨੇ ਨਾ ਆ ਜਾਓ ਸਰ ਨਹੀਂ ਲੜ ਜਾਣਗੀਆਂ ਨਾ ਅਸਲ ਜਿਹੜੀ ਮੈਂ ਗੱਲ ਕਰ ਰਿਹਾ ਸੀ ਮੈਨੂੰ ਬਹੁਤ ਜ਼ਿਆਦਾ ਜਿਹੜਾ ਪਸੰਦ ਹੈ ਉਹ ਇਹ ਸਟਾਈਲ ਹੈ ਜਿਹੜਾ ਛੱਜਿਆਂ ਦਾ ਜਿਹੜਾ ਕਿ ਅੰਦਰੂਨ ਸ਼ਾਹ ਲਾਹੌਰ ਰਾਵਲਪਿੰਡੀ ਸਾਰੀ ਜਗ੍ਹਾ 'ਤੇ ਹੁੰਦੇ ਨੇ ਔਰ ਇੱਥੇ ਵੀ ਨੇ ਮੇਰੇ ਨਾਲ ਆ ਜਾਏ ਨੇ ਮਿਰਜ਼ਾ ਬੇਗ ਸਾਹਿਬ ਸਰ ਜੀ ਤੁਹਾਡੇ ਪੇਰੈਂਟਸ ਦਾ ਕੀ ਨਾਮ ਹੈ ਜਿਨ੍ਹਾਂ ਨੂੰ ਲੌਟ ਹੋਇਆ ਸੀ ਕਿਸ ਜਗ੍ਹਾ ਤੋਂ ਬਿਲੋਂਗ ਕਰਦੇ ਸਨ ਅੰਬਾਲਾ ਤਹਿਸੀਲ ਜਗਾਦਰੀ ਪ੍ਰਕਸ਼ਾ ਅੱਛਾ ਇਹ ਭਾਈ ਹੋਰੀ ਨੇ ਅਸਲਾਮ ਵਾਲੇਕੁਮ ਜੀ ਤੁਹਾਡੇ ਬਜ਼ੁਰਗ ਤੁਸੀਂ ਆਪਣੇ ਬਜ਼ੁਰਗਾਂ ਦਾ ਤਾਰਫ ਕਰਾਓ ਜਿਨ੍ਹਾਂ ਨੂੰ ਇਹ ਲੌਟ ਹੋਇਆ ਰਾਣਾ ਅਬਦੁਲ ਰਸ਼ੀਦ ਖਾਨ ਦੂਸਰੇ ਭਾਈ ਸਨ ਰਾਣਾ ਸ਼ਮੀਰ ਖਾਨ ਸਨ ਅੱਛਾ ਅੱਛਾ ਅਟੈਚਮੈਂਟ ਹੋਈ ਸੀ ਉਹਨਾਂ ਦਾ ਤਲਕ ਵੀ ਜ਼ਿਲ੍ਹਾ ਅੰਬਾਲਾ ਤਹਿਸੀਲ ਜਗਾਦਰੀ ਨਾਲ ਸੀ ਜਗਾਦਰੀ ਪ੍ਰਕਸ਼ਾ ਬਹੁਤ ਬੜੀ ਰੇਲਵੇ ਦੀ ਸੀ ਅੱਛਾ ਇਸ ਵਕਤ ਵੀ ਮੌਜੂਦ ਹੈ ਇੰਡੀਆ 'ਚ ਠੀਕ ਠੀਕ ਅਤੇ ਉੱਥੋਂ ਆਏ ਤਾਂ ਫਿਰ ਉਹਨਾਂ ਨੂੰ ਅਲੋਟਮੈਂਟ ਹੋਈ ਇਸ ਘਰ ਦੇ ਕਿੰਨੇ ਕਮਰੇ ਨੇ ਇਸ ਘਰ ਦੇ ਤਿੰਨ ਕਮਰੇ ਨੇ ਚਾਰ ਕਮਰੇ ਨੇ ਇਹਦੇ ਅੱਛਾ ਅੱਛਾ ਇਹ ਦਰਵਾਜ਼ਾ ਤੁਹਾਡੇ ਹੁੰਦੇ ਆ ਬੰਦ ਹੋਇਆ ਹਾਂਜੀ ਇਹ ਜੀ ਨਾਲ ਵੀ ਹਾਂਜੀ ਇਹ ਦਰਵਾਜ਼ਾ ਸੀ ਜੀ ਮੇਨ ਜਿਹੜਾ ਕਿ ਬਿਲਕੁਲ ਆਮਣੇ ਸਾਹਮਣੇ ਦੋਵੇਂ ਭਰਾਵਾਂ ਦੇ ਇੱਥੇ ਦਰਵਾਜ਼ਾ ਵੀ ਸੀ ਇਹ ਹਾਂਜੀ ਇਹ ਬਸ ਆਲਟਰੇਸ਼ਨਸ ਵਗੈਰਾ ਮੌਕੇ ਦੇ ਨਾਲ ਕੀਤੀਆਂ ਗਈਆਂ ਖਿੜਕੀਆਂ ਦਰਵਾਜ਼ੇ ਔਰ ਰੋਸ਼ਨਦਾਨ ਜਿਹੜੇ ਨੇ ਉਹ ਬੰਦ ਹੋ ਗਏ ਨੇ ਅਤੇ ਮੈਂ ਤੁਹਾਨੂੰ ਅੱਜ ਦਿਖਾ ਰਿਹਾ ਵਾਂ ਇੰਸਪੈਕਟਰ ਹਾਊਸਿਸ ਜਿਹੜੇ ਨੇ ਗ੍ਰੈਂਡ ਪੇਰੈਂਟਸ ਦੇ ਸਰਦਾਰ ਗੁਰਜੀਤ ਸਿੰਘ ਦਿੱਲੀ ਵਾਲੇ ਜਿਹੜੇ ਕਿ ਸਿੱਖੋ ਤੋਂ ਮਾਈਗ੍ਰੇਟ ਕਰਕੇ ਗਏ ਨੇ ਇਹਨਾਂ ਦੇ ਗ੍ਰੈਂਡਫਾਦਰ ਦਾ ਨਾਮ ਸੀ ਸਰਦਾਰ ਚੌਧਰੀ ਹਜ਼ਾਰਾ ਸਿੰਘ ਔਰ ਅੱਗੋਂ ਉਹਨਾਂ ਦੇ ਦੋ ਬੇਟੇ ਸਨ ਸਰਦਾਰ ਚੌਧਰੀ ਗੁਰਬਖਸ਼ ਸਿੰਘ ਔਰ ਸਰਦਾਰ ਚੌਧਰੀ ਸ਼ਿਵ ਰਾਮ ਸਿੰਘ ਬਿੰਡਰਾ ਆਨਰਲੀ ਮੈਜਿਸਟਰੇਟ ਰਹੇ ਨੇ ਇੱਥੇ ਦੇ ਔਰ ਇਹ ਬਹੁਤ ਅੱਛਾ ਹੋਇਆ ਕਿ 1947 ਤੋਂ ਪਹਿਲੇ ਹੀ 1 ਈਅਰ 1946 ਦੇ ਵਿੱਚ ਇੱਥੋਂ ਮਾਈਗ੍ਰੇਟ ਕਰ ਗਏ ਸੀ ਔਰ ਇਹਨਾਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ ਨਾ ਹੀ ਜਾਨੀ ਨਾ ਮਾਲੀ ਔਰ ਨਾ ਇਹਨਾਂ ਦੀ ਫੈਮਿਲੀ ਜਿਹੜੀ ਹੈ ਕਿਉਂਕਿ ਗੌਰਮੈਂਟ ਦੇ ਵਿੱਚ ਹੋਣ ਦੇ ਪਰ ਇਹਨਾਂ ਨੂੰ ਸ਼ਾਇਦ ਪਹਿਲੇ ਹੀ ਪਤਾ ਚੱਲ ਗਿਆ ਸੀ ਕਿ ਵੀ ਵੰਡ ਹੋਣ ਵਾਲੀ ਹੈ ਅਤੇ ਇਸ ਲਈ ਇੱਥੋਂ ਮਾਈਗ੍ਰੇਟ ਕਰ ਗਏ ਸੀ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਖੋਰੇ ਸੱਚ 47 ਦੇ ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਦੇਖਦੇ ਰਹੋ ਔਰ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਫੈਮਿਲੀ ਹਿਸਟਰੀ ਨੂੰ ਮੈਂ ਰਿਸਰਚ ਕਰਾਂ ਤਾਂ ਪਲੀਜ਼ ਮੈਨੂੰ ਪ੍ਰਾਈਵੇਟਲੀ ਕੋਂਟੈਕਟ ਕਰੋ